ਮੈਂ ਇੱਕ ਮਨਦੀਪ ਸਿੰਘ ਦਾ ਚੋਰ ਫੜਿਆ ਸੀ ਤਰਾਂ ਡਾਕਾਬੰਦੀ ਉਹ ਤੇ ਇੱਕ ਮੋਟਰਸਾਈਕਲ ਦਾ ਉਹਦੀ ਪੁੱਛਗਿਛ ਤੇ ਪੁਲਿਸਰ ਮੈਡਮ ਦਾ ਰਾਜ ਉਹਨੇ ਦੂਜੇ ਦੋਸ਼ੀ ਰਜੋਤ ਸਿੰਘ ਤੇ ਬਾਵਲੇ ਦਾ ਦੋ ਪੁਲਿਸਾਂ ਕੋਲ ਕੰਮ ਹੋਇਆ ਠੀਕ ਆ ਜੇ ਤਪਤੀ ਜਾਰੀ ਇਹਨਾਂ ਦੇ ਖਿਲਾਫ਼ ਕੋਈ ਪਹਿਲਾਂ ਵੀ ਪਰਚੇ ਹੈ ਸਰ ਇਹਨਾਂ ਦੇ ਪਰਚੇ ਖਿਲਾਫ਼ ਇਹਦੇ ਖਿਲਾਫ਼ ਰਿਕਾਰਡ ਦੇਖਣਾ ਬਾਵਲੇ ਥਾਣੇ ਦਾ ਸਾਡੇ ਕੋਲ ਇਹ ਲੜਾਈ ਝਗੜੇ ਦਾ ਪਤਾ ਲੱਗਿਆ ਅਤੇ ਦੂਜੇ ਦੇ ਵੀ ਉਹਦਾ ਲੜਾਈ ਝਗੜੇ ਦਾ ਇੱਕ ਚੋਰੀ ਦਾ ਪਤਾ ਲੱਗਾ ਮੈਂ ਇੱਕ ਮਨਦੀਪ ਸਿੰਘ ਦਾ ਚੋਰ ਫੜਿਆ ਸੀ ਤਰਾਂ ਡਾਕਾਬੰਦੀ ਉਹ ਤੇ ਇੱਕ ਮੋਟਰਸਾਈਕਲ ਦਾ ਉਹਦੀ ਪੁੱਛਗਿਛ ਤੇ ਪੁਲਿਸ ਮੈਡਮ ਦਾ ਰਾਜ ਉਹਨੇ ਦੂਜੇ ਦੋਸ਼ੀ ਰਜੋਤ ਸਿੰਘ ਅਤੇ ਬਾਵਲੇ ਦਾ ਦੋ ਪੁਲਿਸਾਂ ਕੋਲ ਕੰਮ ਹੋਇਆ ਠੀਕ ਆ ਜੇ ਤਪਤੀ ਜਾਰੀ ਇਹਨਾਂ ਦੇ ਖਿਲਾਫ਼ ਕੋਈ ਪਹਿਲਾਂ ਵੀ ਪਰਚੇ ਹੈ ਸਰ ਇਹਨਾਂ ਦੇ ਪਰਚੇ ਖਿਲਾਫ਼ ਇਹਦੇ ਖਿਲਾਫ਼ ਰਿਕਾਰਡ ਦੇਖਣਾ ਬਾਵਲੇ ਥਾਣੇ ਦਾ ਸਾਡੇ ਕੋਲ ਇਹ ਲੜਾਈ ਝਗੜੇ ਦਾ ਪਤਾ ਲੱਗਿਆ ਅਤੇ ਦੂਜੇ ਦੇ ਵੀ ਉਹਦਾ ਲੜਾਈ ਝਗੜੇ ਦਾ ਇੱਕ ਚੋਰੀ ਦਾ ਪਤਾ ਲੱਗਾ ਮੈਂ ਇੱਕ ਮਨਦੀਪ ਸਿੰਘ ਦਾ ਚੋਰ ਫੜਿਆ ਸੀ ਤਰਾਂ ਡਾਕਾਬੰਦੀ ਉਹ ਤੇ ਇੱਕ ਮੋਟਰਸਾਈਕਲ ਦਾ ਉਹਦੀ ਪੁੱਛਗਿਛ ਤੇ ਪੁਲਿਸ ਮੈਡਮ ਦਾ ਰਾਜ ਉਹਨੇ ਦੂਜੇ ਦੋਸ਼ੀ ਰਜੋਤ ਸਿੰਘ ਅਤੇ ਬਾਵਲੇ ਦਾ ਦੋ ਪੁਲਿਸਾਂ ਕੋਲ ਕੰਮ ਹੋਇਆ ਠੀਕ ਆ ਜੇ ਤਪਤੀ ਜਾਰੀ ਇਹਨਾਂ ਦੇ ਖਿਲਾਫ਼ ਕੋਈ ਪਹਿਲਾਂ ਵੀ ਪਰਚੇ ਹੈ ਸਰ ਇਹਨਾਂ ਦੇ ਪਰਚੇ ਖਿਲਾਫ਼ ਇਹਦੇ ਖਿਲਾਫ਼ ਰਿਕਾਰਡ ਦੇਖਣਾ ਬਾਵਲੇ ਥਾਣੇ ਦਾ ਸਾਡੇ ਕੋਲ ਇਹ ਲੜਾਈ ਝਗੜੇ ਦਾ ਪਤਾ ਲੱਗਿਆ ਅਤੇ ਦੂਜੇ ਦੇ ਵੀ ਉਹਦਾ ਲੜਾਈ ਝਗੜੇ ਦਾ ਇੱਕ ਚੋਰੀ ਦਾ ਪਤਾ ਲੱਗਾ